ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਮੈਂ ਤੁਹਾਡਾ ਆਪਣਾ ਕੈਨੇਡੀਅਨ ਬਲੌਗਰ, ਅਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਜੀ। ਆਪਣੇ ਘਰਾਂ ਦੇ ਕੋਲ ਆ ਪਾਰਕ, ਬਹੁਤ ਵੱਡੀ ਪਾਰਕ ਆ, ਅਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ 10 ਗਰਾਊਂਡ ਉਹਦੇ ਵਿੱਚ, ਅਤੇ ਮੈਂ ਸੋਚਿਆ ਵੀ ਉਹਦੇ 'ਤੇ ਬਲੌਗ ਬਣਾਇਆ ਜਾਵੇ। ਅਤੇ ਅੱਜ ਆਪਾਂ ਹੁਣ ਆਪਾਂ ਚੱਲਦੇ ਹਾਂ ਜੀ, ਫਿਰ ਤੁਹਾਨੂੰ ਦਿਖਾਵਾਂਗੇ ਜਿਹੜੀ 10 ਗਰਾਊਂਡ ਵਾਲੀ ਪਾਰਕ ਆ, ਅਤੇ ਉਹ ਫਿਰ ਤੁਸੀਂ ਦੇਖਿਓ। ਅਤੇ ਆਈ ਹੋਪ ਕਿ ਉਹ ਤੁਸੀਂ ਵੀਡੀਓ ਪਸੰਦ ਕਰੋਗੇ ਨਾ, ਤੁਹਾਨੂੰ ਵਧੀਆ ਲੱਗੂਗਾ ਦੇਖ ਕੇ। ਅਤੇ ਫਿਰ ਮਿਲਦੇ ਹਾਂ ਜੀ, ਫਿਰ ਆਪਾਂ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ ਤੁਹਾਨੂੰ ਪਾਰਕ। ਲਓ ਜੀ, ਸ਼ਾਮ ਦੇ ਵੱਜ ਗਏ ਆ 8, ਅਤੇ ਸੂਰਜ ਹਲੇ ਵੀ ਖੜ੍ਹਾ ਆ। ਹੁਣ ਆਪਾਂ ਚੱਲੇ ਹਾਂ ਜੀ ਪਾਰਕ ਵਾਲੀ ਸਾਈਡ 'ਤੇ, ਤੁਹਾਨੂੰ ਦਿਖਾਵਾਂਗੇ ਹੈ ਨਾ ਪਾਰਕ। ਇਹ ਹੈਗਾ ਬੱਸ ਸਟੋਪ, ਸਾਡੇ ਘਰਾਂ ਕੋਲ ਹੀ ਆ ਪਾਰਕ, ਅਤੇ ਇਹ ਬੱਸ ਸਟੋਪ ਆਪਣਾ। ਫਿਰ ਤੁਹਾਨੂੰ ਦਿਖਾਉਂਦੇ ਹਾਂ ਪਾਰਕ ਦੇ ਨਜ਼ਾਰੇ, ਅਤੇ ਬਣੇ ਰਹੋ ਹੈ ਨਾ ਵੀਡੀਓ 'ਚ, ਸਕਿੱਪ ਨਾ ਕਰਿਓ, ਪੂਰੀ ਘੈਂਟ ਵੀਡੀਓ ਹੋਣੀ ਆ। ਅਤੇ ਹੁਣ ਆਪਾਂ ਦੱਬ ਦੀਏ, ਅਤੇ ਉਹ ਦੇਖੋ ਹੋਗਣ ਯੈਲੋ, ਹੁਣ ਆਪਣਾ ਜਾਣ ਵਾਲਾ ਸਾਈਨ ਹੋ ਗਿਆ। ਜਿਹੜੀ ਇਹ ਪਾਰਕ ਆ ਨਾ, ਇੱਥੇ 10 ਗਰਾਊਂਡ ਆ, ਅਤੇ ਹੁਣ ਆਪਾਂ ਚੱਲੇ ਹਾਂ ਪਾਰਕ ਵਾਲੀ ਸਾਈਡ, ਤੁਹਾਨੂੰ ਦਿਖਾਉਂਦੇ ਹਾਂ। ਇਹ ਆ ਜੀ ਪਾਰਕ ਦੀ ਮੇਨ ਐਂਟਰੈਂਸ, ਆ ਹੈਗਾ ਇੰਟਰਸੈਕਸ਼ਨ, ਇਹ ਹੈਗਾ ਕ੍ਰੈਡਿਟ ਵਿਊ ਸੈਂਡਲਵੁੱਡ ਪਾਰਕ। ਇਹ ਆ ਜੀ ਪਾਰਕ ਜਿਹੜੀ ਆਪਣੇ ਘਰਾਂ ਕੋਲ ਆ, ਅਤੇ 8 ਵੱਜ ਗਏ, 8 ਤੋਂ ਉੱਪਰ ਹੀ ਹੋ ਗਿਆ ਟਾਈਮ ਸ਼ਾਮ ਦਾ। ਹੈਗਾ ਮਿੰਨੀ ਸਕੋਰਰ, ਇਹ ਹੈਗਾ ਗਰਾਊਂਡ, ਤੁਹਾਨੂੰ ਦਿਖਾਉਂਦਾ ਮੈਂ ਜੂਮ ਕਰਕੇ। ਇਹ ਨੰਬਰ 6 ਗਰਾਊਂਡ, ਅਤੇ ਬਾਈ ਹੁਣੇ ਉਹ ਉੱਥੇ ਕ੍ਰਿਕਟ ਖੇਡਦੇ। ਇਹ ਹੈਗੀ ਆ ਪਾਰਕ, ਲੈ ਕੇ ਚੱਲਦਾ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਗਰਾਊਂਡ ਦਿਖਾਈ ਜਾਂਦਾ ਹੈ ਨਾ। ਅਤੇ ਹਵਾ ਵੀ ਚੱਲੀ ਜਾਂਦੀ ਆ, ਆਹ ਹੈਗਾ ਨੰਬਰ 4 ਗਰਾਊਂਡ। ਬਾਈ ਨੇ ਫੁੱਟਬਾਲ ਖੇਡਦੇ ਆ, ਇੱਥੇ ਫਾਇਰ ਡਿਪਾਰਟਮੈਂਟ ਵਾਲੀਆਂ ਗੱਡੀਆਂ ਖੜ੍ਹਦੀਆਂ। ਇਹ ਨੰਬਰ 4 ਗਰਾਊਂਡ ਆ ਜੀ, ਆ ਹੈਗੀਆਂ ਪਾਰਕਿੰਗ ਸਲੋਟ, ਇੱਥੇ ਪਾਰਕਿੰਗ ਵੀ ਬਹੁਤ ਵੱਡੀ ਹੈ। ਇਹ ਨਾ ਹੈਗਾ ਮਿੰਨੀ ਸਕੋਰਰ ਆ, ਇੱਥੇ ਉੱਦਾਂ ਹੀ ਕ੍ਰਿਕਟ ਖੇਡਦੇ, ਪਰ ਇਹ ਹੈ ਫੁੱਟਬਾਲ ਦਾ ਗਰਾਊਂਡ ਹੀ ਆ। ਆਹ ਹੈਗਾ ਹੈ ਨਾ ਜਿਹੜਾ ਇਹ ਵੱਡਾ ਫੁੱਟਬਾਲ ਗਰਾਊਂਡ ਆ ਜਿਹੜਾ ਮੇਨ ਆ, ਤਾਂ ਉਹ ਪ੍ਰੈਕਟਿਸ ਕਰੀ ਜਾਂਦੇ। ਅਤੇ ਇਹ ਹੈਗਾ ਮੇਨ ਫੁੱਟਬਾਲ ਗਰਾਊਂਡ ਜਿਹੜਾ ਵੱਡਾ ਆ ਇਹ ਪਾਰਕ ਦੇ ਵਿੱਚ, ਅਤੇ ਬਾਕੀ ਉੱਧਰ ਵੀ ਗਰਾਊਂਡ ਆ। ਪੰਜਾਬੀ ਮੁੰਡੇ ਪ੍ਰੈਕਟਿਸ ਕਰਦੇ, ਇੱਥੇ ਹੈਗਾ ਬੈਠਣ ਨੂੰ ਜਗ੍ਹਾ ਹੈ ਲੋਕਾਂ ਦੇ, ਉਹ ਬਾਹਰ ਸੈਂਟਰ ਦੇ ਵਿੱਚ ਲੱਗਿਆ ਚੇਰਾਂ, ਅਤੇ ਤੁਸੀਂ ਬਹਿ ਸਕਦੇ ਹਾਂ ਜਦੋਂ ਮੈਚ ਹੁੰਦੇ ਇੱਥੇ ਹੈ ਨਾ। ਅਤੇ ਕਿਉਂਕਿ ਇੱਥੇ ਛੋਟੇ ਜਵਾਕ ਹੁੰਦੇ ਨਾ ਪ੍ਰੈਕਟਿਸ ਕਰਨ, ਉਹ ਵੀ ਮੈਂ ਤੁਹਾਨੂੰ ਦਿਖਾਊਂਗਾ।
ਇੱਥੇ ਫਿਰ ਛੋਟੇ ਜਵਾਕ ਜਦੋਂ ਆਉਂਦੇ ਆ ਜਾਂ ਵੱਡੇ ਖੇਡਦੇ ਆ ਨਾ ਪ੍ਰੈਕਟਿਸ ਕਰਦੇ ਆ ਫਿਰ ਇੱਥੇ ਬਹਿ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਆ ਹੈ ਨਾ ਤੇ ਆਹ ਹੈਗਾ ਜਿਹੜਾ ਗ੍ਰੈਡ ਵਿਊ ਇਹਨਾਂ ਦਾ ਆਫਿਸ ਆ ਜਿਹੜੀ ਪਾਰਕ ਦੇ ਵਿੱਚ ਇਹ ਆਫਿਸ ਇਹਨਾਂ ਦਾ ਅਤੇ ਤੁਹਾਨੂੰ ਮੈਂ ਇੱਧਰੋਂ ਦਿਖਾ ਦਿੰਦਾ ਹਾਂ ਹਾਂ ਦੇਖੋ ਇਹ ਆਇਆ ਗਰਾਊਂਡ ਇਹ ਹੈਗੇ ਆ ਗਰਾਊਂਡ ਜਿਹਨਾਂ ਆਪਾਂ ਹਿਸਾਬ ਲਾ ਲਓ 10 ਗਰਾਊਂਡ ਆ ਘੱਟੋ ਘੱਟ ਆਹ ਹੈਗਾ ਨੰਬਰ 3 ਗਰਾਊਂਡ ਜਿਹੜਾ ਮੈਂ ਤੁਹਾਨੂੰ ਦਿਖਾਈ ਦਿੱਤਾ ਉਹ ਪਰਲੀ ਸਾਈਡ ਜੰਗਲ ਆ ਹੈ ਨਾ ਅਤੇ ਉਹ ਜਿੱਥੇ ਉਹ ਪਰਲਾ ਪੋਲ ਲੱਗਿਆ ਹੋਇਆ ਉੱਥੋਂ ਇੱਧਰ ਨੂੰ ਥੋੜ੍ਹਾ ਜਿਹਾ ਉੱਥੇ ਰਨਿੰਗ ਕਰ ਸਕਦੇ ਤੁਸੀਂ ਹੈ ਨਾ ਅਤੇ ਉਹ ਰਨਿੰਗ ਵਾਲਾ ਏਰੀਆ ਵੀ ਹੈਗਾ ਆ ਅਤੇ ਆਹ ਹੈਗਾ ਨੰਬਰ 3 ਅਤੇ 4 ਜਿਹੜਾ ਗਰਾਊਂਡ ਆ ਉਹ ਪਾਲੀ ਸਾਈਡ ਹੈਗਾ ਰਨਿੰਗ ਵਾਲਾ ਉਹ ਰੋਡ ਬਣੀ ਹੋਈ ਹੈ ਹੈ ਨਾ ਪਾਲੀ ਸਾਈਡ ਉਹ ਰਨਿੰਗ ਵਾਲੀ ਆ ਅਤੇ ਉਹ ਉੱਥੇ ਉਹ ਫਲੈਗ ਲੱਗਿਆ ਆ ਕੈਨੇਡਾ ਦਾ ਉਹ ਰਾਤ ਨੂੰ ਹਵਾ ਹਵਾਈ ਜਦੋਂ ਆਉਂਦੀ ਹੈ ਨਾ ਫਿਰ ਉਦੋਂ ਚੱਲਦਾ ਆ ਪੂਰਾ ਜਿੱਦਾਂ ਲੋਕ ਰਨਿੰਗ ਕਰਦੇ ਆ ਹੈ ਨਾ ਘੱਟ ਹੀ ਆਉਂਦੇ ਆ ਉੱਦਾਂ ਮਾੜਾ ਮੋਟਾ ਪ੍ਰੈਕਟਿਸ ਕਰਦੇ ਲੋਕ ਅਤੇ ਕਾਹ ਗਰਾਊਂਡ ਆ ਸੋਰੀ ਅਤੇ ਬਾਕੀ ਥੋੜ੍ਹੀ ਹਵਾ ਚੱਲਦੀ ਹੈ ਨਾ ਤਾਂ ਕਰਕੇ ਥੋੜ੍ਹਾ ਜਿਹਾ ਸ਼ੋਰ ਜਾਊਗਾ ਵੀਡੀਓ ਦੇ ਵਿੱਚ ਅਤੇ ਆਹ ਵੀ ਮੇਨ ਗਰਾਊਂਡ ਆ ਹੈ ਨਾ ਇਹ ਫੁੱਟਬਾਲ ਦੀ ਗਰਾਊਂਡ ਆ ਜਿੱਦਾਂ ਦੇਖ ਸਕਦੇ ਨੇ ਪਰ ਇੱਥੇ ਫੁੱਟਬਾਲ ਵਾਲੇ ਖੇਡਦੇ ਨੇ ਕ੍ਰਿਕਟ ਵਾਲੇ ਜ਼ਿਆਦਾ ਹੁੰਦੇ ਇੱਥੇ ਫੁੱਟਬਾਲ ਵਾਲਾ ਕੋਈ ਮਿਲਦਾ ਨਹੀਂ ਅਤੇ ਫੁੱਟਬਾਲ ਵਾਲੇ ਤਾਂ ਥੋੜ੍ਹੇ ਹੁੰਦੇ ਇੱਥੇ ਇਹ ਮੇਨ ਗਰਾਊਂਡ ਆ ਹੈ ਨਾ ਇਹ ਦੋ ਗਰਾਊਂਡ ਆ ਇੱਕ ਦੇ ਵਿੱਚ ਹੀ ਤੁਹਾਨੂੰ ਦਿਖਾ ਦਿੰਦਾ ਉੱਪਰ ਜਗ੍ਹਾ ਪਾਰਕ ਸਾਈਡ ਹੈਗੀ ਪਾਰਕ ਹੈ
ਨਾ ਮੈਂ ਐਡੀ ਵੱਡੀ ਪਾਰਕਿੰਗ ਪਹਿਲੀ ਵਾਰੀ ਦੇਖੀ ਨਾ ਕੈਨੇਡਾ 'ਚ, ਮਤਲਬ ਕਿ ਮੈਂ ਹੋਰ ਕਿਤੇ ਜਿੱਦਾਂ ਟੋਰਾਂਟੋ ਦੇ ਵਿੱਚ ਤਾਂ ਮੈਂ ਦੇਖੀ ਨਹੀਂ ਐਡੀ ਪਾਰਕ, ਅਤੇ ਵੱਡੀ ਪਾਰਕ ਆ ਜਿੱਥੇ ਗਰਾਊਂਡ ਵੀ ਪੂਰੇ ਹੈ ਨਾ ਵਧੀਆ ਆ, ਮਤਲਬ ਕਿ ਮਤਲਬ ਦੋ ਪਿੰਡਾਂ 'ਚ ਐਡੀ ਹੋਣੀ ਆ ਇਹ ਪਾਰਕ, ਐਡੀ ਆ ਜਿਹਦੇ ਵਿੱਚ 10-11 ਗਰਾਊਂਡ ਆ। ਇੱਧਰ ਵੀ ਪਾਰਕਿੰਗ ਏਰੀਆ ਹੈ ਨਾ ਗੱਡੀਆਂ ਗੁੱਡੀਆਂ ਦੇ ਖੜਨ ਨੂੰ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਝੂਲਿਆਂ ਵਾਲੀ ਸਾਈਡ। ਹਾਂ ਅਤੇ ਲਾਈਟਾਂ ਲੁਟਾਂ ਚੱਲ ਪਈਆਂ ਹਾਲੇ, ਦੇਖ ਲਓ ਮੇਰਾ 8:30 ਹੋ ਗਏ ਆ ਅਤੇ ਹਾਲੇ ਤੱਕ ਚਾਨਣ ਆਊਗਾ। ਹੁਣ ਸਾਰੇ ਲੋਕ ਆਪਾਂ ਆਪਣੇ ਘਰਾਂ ਨੂੰ ਚੱਲੇ, ਟਾਈਮ ਹੋ ਗਿਆ ਆ, ਇੰਜੋਏ ਕਰ ਗਏ ਸਾਰੇ। ਆਹ ਇੱਥੇ ਜਿੰਮ ਵਾਲੇ ਵੀ ਸਿਸਟਮ ਲੱਗਿਆ ਆ ਅਤੇ ਆਹ ਇੱਥੇ ਹਾਲੇ ਕੰਮ ਚੱਲਦਾ, ਇਹਨਾਂ ਨੇ ਪਤਾ ਨਹੀਂ ਕੀ ਬਣਾਉਣਾ ਇੱਧਰ। ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਝੂਲਿਆਂ ਵਾਲੀ ਸਾਈਡ, ਇੱਥੇ ਜਵਾਕ ਆ ਕੇ ਲੋਕਾਂ ਦੇ ਇੰਜੋਏ ਕਰਦੇ ਆ। ਅਤੇ ਇੱਥੇ ਨਾ ਆਹ ਜਿਹੜਾ ਪਾਣੀ ਆ ਨਾ, ਅਤੇ ਇੱਥੇ ਫੁਹਾਰਾ ਜਿਹਾ ਜ਼ਿਆਦਾ ਹੁੰਦਾ ਉਹਦੇ ਵਿੱਚ ਲੱਗਿਆ। ਹੁਣ ਤਾਂ ਇੱਥੇ ਬੱਤਕਾਂ ਬੈਠੀਆਂ ਆ ਹੈ ਨਾ, ਉਹ ਇੱਥੇ ਬੱਤਕ ਬੈਠੀ ਹੈ ਨਾ, ਉੱਥੇ ਫਿਰ ਫੁਹਾਰਾ ਚੱਲਦਾ ਹੁੰਦਾ ਹੈ। ਹੁਣ ਤਾਂ ਬੰਦ ਕੀਤਾ ਆ, ਅਤੇ ਬਾਕੀ ਹਾਲੇ ਪੂਰਾ ਹਾਲੇ ਗਰਮੀਆਂ ਨਹੀਂ ਆਈਆਂ, ਤਾਂ ਕਰਕੇ ਆ ਬਹੁਤ ਸਿਰਾ ਹੁੰਦਾ ਹੈ ਇੱਥੇ ਹੈ ਨਾ। ਅਤੇ ਇੱਥੇ ਵੀ ਪਾਣੀ ਚੱਲਦਾ ਹੈ, ਆਹ ਜਿਹੜਾ ਚੀਜ਼ ਆ ਆਹ ਇੱਥੇ ਉੱਥੇ ਉਹਦੇ 'ਚ ਵੀ ਪਾਣੀ ਹੁੰਦਾ ਆ ਚੱਲਦਾ ਆ। ਇੱਥੇ ਲੋਕ ਜਿਹੜੇ ਆਪਣਾ ਇੰਜੋਏ ਕਰਦੇ ਆ ਜਦੋਂ ਪੂਰੀਆਂ ਗਰਮੀਆਂ ਹੁੰਦੀਆਂ, ਵੀਕਐਂਡ 'ਤੇ ਲੋਕ ਆਉਂਦੇ ਆ ਅਤੇ ਉੱਥੇ ਜਵਾਕ ਖੇਡਦੇ ਆ। ਲਓ ਜੀ, ਇੰਨਾ ਹੀ ਸੀਗਾ ਆਪਣਾ ਅੱਜ ਦਾ ਟ੍ਰਿਪ, ਅਤੇ ਮੈਂ ਸੋਚਿਆ ਵੀ ਹੈ ਨਾ ਵੀਡੀਓ ਬਣਾਈ ਜਾਵੇ, ਤੁਹਾਨੂੰ ਦਿਖਾਇਆ ਜਾਵੇ ਹੈ ਨਾ ਆਪਣੀ ਜਿਹੜੀ ਘਰਾਂ ਕੋਲ ਪਾਰਕ ਆ। ਹੋਪਸ ਹੋ ਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਹੈ ਨਾ। ਪਾਰਕ ਜੀ, ਇਹ ਪਾਰਕ ਬਹੁਤ ਵੱਡੀ ਆ ਹੈ ਨਾ, ਮੈਂ ਮਤਲਬ ਗੱਲ ਕਰਦਾ ਸੀ ਪਹਿਲਾਂ, ਅਤੇ ਐਡੀ ਮੈਂ ਪਾਰਕ ਨਹੀਂ ਦੇਖੀ ਟੋਰਾਂਟੋ ਦੇ ਵਿੱਚ, ਕਿਉਂਕਿ ਇੱਥੇ ਪਾਰਕ ਬਹੁਤ ਆ ਹੈ ਨਾ, ਵੱਡੀ ਆ ਪਾਰਕ ਤਾਂ ਬਹੁਤ ਹੈਗੇ ਇੱਥੇ, ਪਰ ਵੱਡੀ ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਇਹੀ ਦੇਖੀ ਸਾਡੇ ਘਰਾਂ ਕੋਲ ਹੀ ਆ, ਥੋੜ੍ਹੀ ਜਿਹੀ ਲੱਗ ਗਈ ਆ ਸਾਡੇ ਘਰਾਂ ਦੇ, ਅਤੇ ਜਿਹਦੇ 'ਚ 10 ਮਿਲਾ 10 ਤੋਂ ਵੀ ਵੱਧ ਗਰਾਊਂਡ ਹੈਗੇ ਆ ਛੋਟੇ ਮਿਲਾ ਕੇ। ਅਤੇ ਮੈਂ ਫਿਰ ਸੋਚਿਆ ਕਿ ਬਲੌਗ ਬਣਾਇਆ ਜਾਵੇ ਹੈ ਨਾ, ਅਤੇ ਹੁਣ ਆਪਾਂ ਆਪਣਾ ਬਲੌਗ ਕਰਦੇ ਇੱਥੇ ਹੀ ਖਤਮ ਜੀ। ਅਤੇ ਹੋਪਸ ਹੋ ਤੁਹਾਨੂੰ ਆਪਣਾ ਬਲੌਗ ਵਧੀਆ ਲੱਗਿਆ ਹੋਊਗਾ। ਹਵਾ ਵੀ ਹੁਣ ਥੋੜ੍ਹੀ ਜਿਹੀ ਚੱਲਦੀ ਆ ਅਤੇ ਠੰਡ ਵੀ ਹੋ ਗਈ ਆ, ਹੁਣ ਚੱਲਦੇ ਹਾਂ ਆਪਾਂ ਘਰਾਂ ਨੂੰ, ਅਤੇ ਆਪਾਂ ਬਲੌਗ ਕਰਦੇ ਇੱਥੇ ਖਤਮ। ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਯੂਟਿਊਬ ਦੇ ਨੂੰ, ਕੈਨੇਡੀਅਨ ਯੂਟਿਊਬਰ ਆਪਣਾ ਚੈਨਲ ਆ, ਅਤੇ ਫੇਸਬੁੱਕ 'ਤੇ ਆਪਣਾ ਪੇਜ ਹੈਗਾ ਆ, ਉੱਥੇ ਵੀ ਕੈਨੇਡੀਅਨ ਯੂਟਿਊਬਰ ਹੈਗਾ ਆਪਣਾ ਪੇਜ, ਉਹ ਵੀ ਤੁਸੀਂ ਪਲੀਜ਼ ਹੈ ਨਾ ਉਹਨੂੰ ਜ਼ਰੂਰ ਲਾਈਕ ਕਰ ਦਿਓ। ਅਤੇ ਆਪਾਂ ਫਿਰ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਨ ਲੱਗੇ ਹਾਂ ਜੀ, ਅਤੇ ਮਿਲਦੇ ਹਾਂ ਫਿਰ ਹੋਰ ਕਿਸੇ ਵੀਡੀਓ ਦੇ ਵਿੱਚ, ਅਤੇ ਤੁਹਾਨੂੰ ਹੋਰ ਦਿਖਾਵਾਂਗੇ ਜੀ ਫਿਰ। ਚੰਗਾ ਜੀ, ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਸਤਿ ਸ਼੍ਰੀ ਅਕਾਲ ਜੀ।